ਇਹ ਕੁਐਸਚਨ ਹੈ ਇਹਨਾਂ ਦਾ ਸਰ ਬੀਐਡ ਚ ਪੋਲੀਟੀਕਲ ਸਾਇੰਸ ਇਲੈਕਟਿਵ ਪੰਜਾਬੀ ਤੇ ਹੋਮ ਸਾਇੰਸ ਨਾਲ ਕੀਤੀ ਹੈ ਮੈਂ ਪੰਜਾਬੀ ਟੀਚਰ ਲਈ ਤਾਂ ਐਲੀਜੀਬਲ ਹੋ ਸਕਦੀ ਹਾਂ ਬਿਲਕੁਲ ਤੁਸੀਂ ਕਿਉਂਕਿ ਇੱਥੇ ਦੇਖ ਲਓ ਤੁਸੀਂ ਪੋਲ ਸਾਇੰਸ ਪੰਜਾਬੀ ਤੇ ਹੋਮ ਸਾਇੰਸ ਪੜ੍ਹੀ ਹੈ ਇਸ ਨੂੰ ਇੱਥੇ ਲਿਖ ਦਿੰਦਾ ਹਾਂ ਥੋੜ੍ਹਾ ਈਜ਼ੀ ਹੋ ਜਾਏਗਾ ਤੁਹਾਡੇ ਲਈ ਸਮਝਣਾ ਪੋਲ ਸਾਇੰਸ ਹੋ ਗਿਆ ਔਰ ਪੰਜਾਬੀ ਹੋ ਗਿਆ ਇਹ ਇਲੈਕਟਿਵ ਹੈ ਅਤੇ ਹੋਮ ਸਾਇੰਸ ਹੈ ਓਕੇ ਪੋਲ ਸਾਇੰਸ ਪੰਜਾਬੀ ਕਿਉਂਕਿ ਤੁਸੀਂ ਪੜ੍ਹੀ ਹੈ ਇਹ ਤੁਹਾਡਾ 3 ਸਾਲ ਦਾ ਹੋ ਗਿਆ ਨਾ ਇਹ ਯੈਸ ਇਲੈਕਟਿਵ ਹੋ ਗਿਆ ਨਾ ਇਹ ਯੈਸ ਟੀ ਜੀ ਟੀ ਲਈ ਤੁਸੀਂ ਐਲੀਜੀਬਲ ਬਣ ਰਹੇ ਹੋ ਯੈਸ ਤੁਹਾਨੂੰ ਇਹਦੇ ਲਈ ਕੋਈ ਅਡੀਸ਼ਨਲ ਪੇਪਰ ਨਾ ਬੀ ਐਡ ਦਾ ਨਾ ਗ੍ਰੈਜੂਏਸ਼ਨ ਦਾ ਦੇਣਾ ਪਏਗਾ ਕਿਹਦੇ ਲਈ ਪੰਜਾਬੀ ਲਈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਹੁਣ ਡਿਪੈਂਡ ਕਰਦਾ ਹੈ ਕਿ ਤੁਸੀਂ ਹੋਮ ਸਾਇੰਸ ਜਾਂ ਪੋਲੀਟੀਕਲ ਸਾਇੰਸ ਦੇ ਬਣ ਸਕਦੇ ਹੋ ਪੋਲੀਟੀਕਲ ਸਾਇੰਸ ਦੀ ਤੁਹਾਨੂੰ ਐੱਮ ਏ ਕਰਨੀ ਪਏਗੀ ਓਕੇ ਜੇ ਪੋਲੀਟੀਕਲ ਸਾਇੰਸ ਲੈਂਦੇ ਹੋ ਪੋਲੀਟੀਕਲ ਸਾਇੰਸ ਤੋਂ ਬਾਅਦ ਤੁਸੀਂ ਇਹ ਰਿਹਾ ਪੀ ਜੀ ਟੀ ਏ ਇਹ ਤੁਸੀਂ ਐੱਮ ਏ ਕਰਕੇ ਜੇ ਪੋਲੀਟੀਕਲ ਸਾਇੰਸ ਬੀ ਐਡ 'ਚ ਲੈਂਦੇ ਹੋ ਤਾਂ ਪੀ ਜੀ ਟੀ ਲਈ 12ਵੀਂ 11ਵੀਂ ਕਲਾਸ ਲਈ ਪੜ੍ਹਾਉਣ ਲਈ ਐਲੀਜੀਬਲ ਹੋ ਜਾਂਦੇ ਹੋ ਜੇਕਰ ਤੁਸੀਂ ਹੋਮ ਸਾਇੰਸ ਲੈਂਦੇ ਹੋ ਪੰਜਾਬੀ ਅਤੇ ਹੋਮ ਸਾਇੰਸ ਨੂੰ ਮੇਜਰ ਲੈਂਦੇ ਹੋ ਮੇਜਰ ਤੁਹਾਡਾ ਬਣਦਾ ਹੈ ਹੋਮ ਸਾਇੰਸ ਜਾਂ ਬਣਦਾ ਹੈ ਪੋਲੀਟੀਕਲ ਸਾਇੰਸ ਜੇ ਹੋਮ ਸਾਇੰਸ ਲੈਂਦੇ ਹੋ ਤਾਂ ਤੁਸੀਂ ਟੀ ਜੀ ਟੀ ਲਈ ਇਹਦੇ ਲਈ ਐਲੀਜੀਬਲ ਬਣਦੇ ਹੋ ਇਹ 3 ਸਾਲ ਤੁਸੀਂ ਪੜ੍ਹਿਆ ਹੈ ਇਲੈਕਟਿਵ ਹੈ ਇਹਦੇ ਲਈ ਕੁਛ ਵੀ ਤੁਹਾਨੂੰ ਵਾਧੂ ਨਹੀਂ ਪੜ੍ਹਨਾ ਪਏਗਾ ਸੋ ਇਹ ਤੁਸੀਂ ਡਿਸਾਈਡ ਕਰਨਾ ਹੈ ਤੁਸੀਂ 3ਾਂ ਲਈ ਗਵਰਨਮੈਂਟ ਜੋਬ ਲਈ ਐਲੀਜੀਬਲ ਰਾਜੇ ਬਣ ਰਹੇ ਹੋ ਹੁਣ ਤੁਹਾਨੂੰ ਇਹ ਜਿਹੜਾ ਡਿਸੀਜਨ ਲੈਣਾ ਹੈ ਤੁਸੀਂ 3 ਚੀਜ਼ਾਂ ਦੇ ਬੇਸ 'ਤੇ ਨੌਲੇਜ ਤੁਹਾਡੀ ਕਿਹਦੇ 'ਚ ਹੈ ਪੋਲੀਟੀਕਲ ਜਾਂ ਹੋਮ ਸਾਇੰਸ ਇੰਟਰਸਟ ਤੁਹਾਡਾ ਕਿਹਦੇ 'ਚ ਹੈ ਪੋਲੀਟੀਕਲ ਜਾਂ ਹੋਮ ਸਾਇੰਸ 'ਚ ਪਰਸੈਂਟੇਜ ਤੁਹਾਡੇ ਕਿਹਦੇ 'ਚ ਜ਼ਿਆਦਾ ਆ ਪੋਲੀਟੀਕਲ ਜਾਂ ਹੋਮ ਸਾਇੰਸ ਵਿੱਚ ਸੋ ਇਹਦੇ 'ਚੋਂ ਡਿਸਾਈਡ ਕਰਨਾ ਪਏਗਾ ਹਾਂ ਜੇ ਤੁਸੀਂ ਜ਼ਿਆਦਾ ਦੂਸਰੇ ਮੇਨ ਸਬਜੈਕਟ ਟੀ ਜੀ ਟੀ ਲਈ ਐਲੀਜੀਬਲ ਹੋਣਾ ਚਾਹੁੰਦੇ ਹੋ ਜਿਹੜਾ ਮੈਂ ਇੱਥੇ ਲਿਖ ਦਿੰਦਾ ਹਾਂ ਐੱਸ ਐੱਸ ਟੀ ਲਈ ਹੋ ਸਕਦੇ ਹੋ ਤਾਂ ਫਿਰ ਤੁਸੀਂ ਪੋਲੀਟੀਕਲ ਸਾਇੰਸ ਦੇ ਇਹਦੇ ਬੇਸ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐੱਸ ਐੱਸ ਟੀ ਲੈ ਸਕਦੇ ਹੋ ਪਰ ਬਾਅਦ ਵਿੱਚ ਤੁਹਾਨੂੰ ਅਡੀਸ਼ਨਲ ਪੇਪਰ ਇਹਦਾ ਗ੍ਰੈਜੂਏਸ਼ਨ ਦਾ ਅਡੀਸ਼ਨਲ ਪੇਪਰ ਦੇਣਾ ਪਏਗਾ ਜੋ ਕਿ ਹਿਸਟਰੀ ਦਾ ਹੀ ਦਈਓ ਇਹ ਮੇਰਾ ਸੁਜੈਸ਼ਨ ਹੈ ਜੋਗ੍ਰਾਫੀ ਜਾਂ ਇਕਨੋਮਿਕਸ ਸਕੂਲ ਸਬਜੈਕਟ ਕਿਸੇ ਤੋਂ ਵੀ ਦੇ ਸਕਦੇ ਹੋ ਇਹ ਤੁਹਾਡੇ ਲਈ ਜੋ ਗਾਈਡੈਂਸ ਹੈ ਸੋ ਤੁਹਾਨੂੰ ਮੇਜਰ ਸਬਜੈਕਟ ਚੁਣਨ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਮੈਂ ਪੋਲੀਟੀਕਲ ਵੱਲ ਜਾਣਾ ਹੈ ਹੋਮ ਸਾਇੰਸ ਵੱਲ ਜਾਣਾ ਹੈ ਜਾਂ ਐੱਸ ਐੱਸ ਟੀ ਵੱਲ ਜਾਣਾ ਹੈ 3 ਆਪਸ਼ਨ ਤੁਹਾਡੇ ਲਈ ਬਣਦੀਆਂ ਥੈਂਕ ਯੂ